ਇੱਕ ਘੜਾ ਸਮਝ ਦੇਣ ਕਿ ਉਹਨਾਂ ਦੀ ਆਡੀਅנס ਕੀ ਚਾਹੁੰਦੀ ਹੈ ਐਕਸ਼ਨ ਫਿਲਮਾਂ ਜਿੰਨੀਆਂ ਵੀ ਪੰਜਾਬੀ ਨਸ਼ੀ ਵਿੱਚ ਰਿਲੀਜ਼ ਹੋਈਆਂ ਨੇ ਮੋਸਟਲੀ ਉਹ ਦੇਵ ਨਹੀਂ ਬਣਾਈਆਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਐਕਸ਼ਨ ਨੂੰ ਬਹੁਤ ਘੱਟ ਐਕਸਪਲੋਰ ਕੀਤਾ ਗਿਆ ਹੈ ਰੁਪਿੰਦਰ ਗਾਂਧੀ 1 ਰੁਪਿੰਦਰ ਗਾਂਧੀ 2 ਤੇ ਹੁਣ ਗਾਂਧੀ 3 ਦੇਖਣ ਨੂੰ ਮਿਲੇਗੀ ਇਹ ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਚਲੋ ਸ਼ੁਰੂ ਕਰਦੇ ਹਾਂ ਮਾਣ ਕਿਸੇ ਦੇਰੀ ਦੇ ਗਾਂਧੀ 3 ਦੇ ਟੀਜ਼ਰ ਰਿਵਿਊ ਦੇ ਬਾਰੇ 2015 ਦੇ ਵਿੱਚ ਆਪਾਂ ਨੂੰ ਐਕਸ਼ਨ ਪੈਕਡ ਰੁਪਿੰਦਰ ਗਾਂਧੀ ਫਿਲਮ ਦੇਖਣ ਨੂੰ ਮਿਲੀ ਸੀਗੀ ਇਹ ਫਿਲਮ ਦੇ ਵਿੱਚ ਕਾਫੀ ਵਾਇਲੈਂਟ ਰੋਲਸ ਦੇਖਣ ਨੂੰ ਮਿਲੇ ਸੀ ਇਹ ਚੀਜ਼ ਕਰਕੇ ਦੇਵ ਖਰੜ ਦੀ ਇਹ ਫਿਲਮ ਕਾਫੀ ਲੋਕਾਂ ਦੀ ਅਟੈਂਸ਼ਨ ਗ੍ਰੈਬ ਕਰਕੇ ਗਈ ਸੀ ਜਦੋਂ ਤੋਂ ਗਾਂਧੀ 3 ਦੀ ਅਨਾਉਂਸਮੈਂਟ ਹੋਈ ਉਹਦੋਂ ਤੋਂ ਹੀ ਲੋਕ ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਫਿਲਮ ਦੇ ਲਈ ਦੇਵ ਦੀ ਆਵਾਜ਼ ਦੇ ਨਾਲ ਇਹ ਫਿਲਮ ਦਾ ਟੀਜ਼ਰ ਸ਼ੁਰੂ ਹੁੰਦਾ ਹੈ ਜੋ ਕਿ ਐਜ਼ ਰੁਪਿੰਦਰ ਗਾਂਧੀ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਟੀਜ਼ਰ ਤੋਂ ਇਹ ਲੱਗ ਰਿਹਾ ਹੈ ਕਿ ਫਿਲਮ ਦੇ ਵਿੱਚ ਉਹ ਆਪਣੇ ਯਾਰ ਦਾ ਬਦਲਾ ਲੈਣਗੇ ਫਿਲਹਾਲ ਤਾਂ ਟੀਜ਼ਰ ਤੋਂ ਦੇਖਣ ਨੂੰ ਲੱਗ ਰਿਹਾ ਹੈ ਕਿ ਫਿਲਮ ਮੇਨ ਯਾਰਾਂ ਦੇ ਉੱਤੇ ਜੋ ਹੈ ਬੇਸਡ ਹੋਊਗੀ ਫਿਲਮ ਦਾ ਟਾਈਟਲ ਵੀ ਗਾਂਧੀ 3 ਯਾਰਾਂ ਦਾ ਯਾਰ ਹੈ ਸੋ ਲੱਗ ਰਿਹਾ ਹੈ ਕਿ ਫਿਲਮ ਗਾਂਧੀ ਤੇ ਉਹਨਾਂ ਦੇ ਯਾਰਾਂ ਦੋਸਤਾਂ ਦੇ ਅਰਾਊਂਡ ਹੀ ਫਿਲਮ ਘੁੰਮੂਗੀ ڈاکੂਆਂ ਦਾ ਮੁੰਡਾ ਸੀਰੀਜ਼ ਡੀਐਸਪੀ ਦੇਵ ਸਾਰੀਆਂ ਹਾਈਲੀ ਸਕਸੈਸਫੁਲ ਪੰਜਾਬੀ ਫਿਲਮਾਂ ਨੂੰ ਡਾਇਰੈਕਟ ਕਰਨ ਵਾਲੇ ਬੰਦੇ ਸੀ ਮਨਦੀਪ ਬੈਣੀਪਾਲ ਜੋ ਕਿ ਰੁਪਿੰਦਰ ਗਾਂਧੀ ਦੇ 3rd ਸੀਕਵਲੋਂ ਵੀ ਡਾਇਰੈਕਟ ਕਰਨਗੇ ਰੁਪੇਂਦਰ ਗਾਂਧੀ ਤੋਂ ਸਿਵਾਪਾ ਨੂੰ ਫਿਲਮ ਦੇ ਵਿੱਚ ਲੱਕੀ ਢਾਲੀਵਾਲ ਵੀ ਦੇਖਣ ਨੂੰ ਮਿਲਣਗੇ ਨਵਦੀਪ ਕਲੇਰ ਅਦਿਤੀ ధਨਵੀਰ ਸਿੰਘ ਤਕਸ਼ਜੀਤ ਸਿੰਘ ਜਿਮੀ ਸ਼ਰਮਾ ਤਸੀਮ ਪਾਉਲ ਰੁਪੇਂਦਰ ਰੂਪੀ ਇੰਦਰ ਬਾਜਵਾ ਤੇ ਹੋਰ ਵੀ ਕਾਫੀ ਕਲਾਕਾਰ ਸਪੋਰਟ ਕਰਦੇ ਹੋਏ ਦੇਖਣ ਨੂੰ ਮਿਲਣਗੇ ਔਨ ਦੀ ਅਦਰ ਹੈਂਡ ਇਹ ਫਿਲਮ ਨੂੰ ਪ੍ਰੋਡਿਊਸ ਕਰ ਰਿਹਾ ਰਵਨੀਤ ਚਹਲ ਤੇ ਡ੍ਰੀਮ ਰਿਐਲਿਟੀ ਮੂਵੀਜ਼ ਇਹ ਫਿਲਮ ਨੂੰ ਪ੍ਰੋਡਿਊਸ ਕਰਨਗੇ ਸੈਕੰਡ ਇੰਸਟਾਲਮੈਂਟ ਜੋ ਕਿ ਸੀ ਬਾਇਓਗ੍ਰਾਫੀਕਲ ਰੁਪਿੰਦਰ ਗਾਂਧੀ ਦੀ ਜੋ ਕਿ 2017 ਦੇ ਵਿੱਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਹੀ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਸੀਗੇ ਤੇ ਤੀਜੇ ਭਾਗ ਦੇ ਲਈ ਤੇ ਹੁਣ ਇਹ ਫਾਈਨਲੀ ਰਿਲੀਜ਼ ਹੋ ਰਹੀ ਹੈ ਅਗਸਤ 30 2024 ਨੂੰ ਹੁਣ ਇੰਤਜ਼ਾਰ ਹੈ ਫਿਲਮ ਦੇ ਟ੍ਰੇਲਰ ਦਾ ਰੁਪਿੰਦਰ ਗਾਂਧੀ ਦੀ ਫਿਲਮਜ਼ ਦੀ ਕਲੈਕਸ਼ਨ ਦੇ ਬਾਰੇ ਗੱਲ ਕਰਦੇ ਹਾਂ ਰੁਪਿੰਦਰ ਗਾਂਧੀ ਦਾ ਗੈਂਗਸਟਰ ਜੋ ਕਿ 2015 ਵਿੱਚ ਰਿਲੀਜ਼ ਹੋਈ ਸੀ ਪਹਿਲਾ ਭਾਗ ਸੀਗਾ ਇਹ ਫਿਲਮ ਦਾ ਫਿਲਮ ਦਾ ਬਜਟ ਸੀ 1 ਕਰੋੜ ਦਾ ਫਿਲਮ ਨੇ ਕਲੈਕਸ਼ਨ 3 ਕਰੋੜ ਦੀ ਕੀਤੀ ਸੀ ਫਿਲਮ ਦੀ ਵਰਡਿਕ ਸੀ ਕਿ ਸੁਪਰ ਹਿੱਟ ਦੀ ਰੁਪਿੰਦਰ ਗਾਂਧੀ 2 ਦ ਰੋਬਨ ਹੁੱਡ ਜੋ ਕਿ 2017 ਚ ਰਿਲੀਜ਼ ਹੋਈ ਸੀ ਫਿਲਮ ਪਿੱਛਾ ਸੈਕੰਡ ਭਾਗ ਜਿਹਦਾ ਬਜਟ ਸੀ 2 ਕਰੋੜ ਦਾ ਫਿਲਮ ਨੇ ਵਰਲਡਵਾਈਡ ਕਲੈਕਸ਼ਨ 6 ਕਰੋੜ ਦੀ ਕੀਤੀ ਤੇ ਵਰਡਿਕ ਸੁਪਰ ਹਿੱਟ ਦੀ ਸੀ ਹੁਣ ਗਾਂਧੀ 3 ਯਾਰਾਂ ਦਾ ਯਾਰ ਜੋ ਕਿ 2024 ਚ ਰਿਲੀਜ਼ ਹੋਗੀ ਫਿਲਮ ਦਾ ਬਜਟ ਲੱਗ ਰਿਹਾ ਹੈ 5 ਤੋਂ 6 ਕਰੋੜ ਦੇ ਵਿੱਚ ਦਾ ਹੋਊਗਾ ਐਸਟੀਮੇਟਡ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਫਿਲਮ ਦੀ ਕਲੈਕਸ਼ਨ ਕਿੰਨੀ ਹੋਊਗੀ ਲਾਸਟ ਦੇਵ ਖਰੜ ਦੀ ਫਿਲਮ ਸੀਗੀ ਉਚਾਦਰ ਬਾਬੇ ਨਾਨਕ ਦਾ ਜੀ ਦੀ ਹਜੇ ਕਲੈਕਸ਼ਨ ਆਊਟ ਨਹੀਂ ਹੋਈ ਉਸ ਤੋਂ ਪਹਿਲਾਂ ਜੋ ਹੈ ਆਪਾਂ ਨੂੰ ਸੈਕੰਡ ਪਾਰਟ ਦੇਖਣ ਨੂੰ ਮਿਲਿਆ ਸੀ ਬਲੈਕ ਯਰ 2 ਜੀਨੇ ਜੋ ਹੈ ਇੱਕ ਐਵਰੇਜ ਹੀ ਕਲੈਕਸ਼ਨ ਕੀਤੀ ਸੀ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਅਗਰ ਦੇਵ ਦੇ ਫੈਨ ਹੋ ਤਾਂ ਵੀਡੀਓ ਨੂੰ ਲਾਈਕ ਕਰਨਾ ਬੰਦ ਹੈ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਰੱਬ ਰਾਖਾ